ਅੱਜ ਦੇ ਟਾਈਮ ਵਿੱਚ ਖੂਨੀ ਰਿਸ਼ਤੇ ਇਸ ਕਦਰ ਫਿੱਕੇ ਪੈਂਦੇ ਜਾ ਰਹੇ ਨੇ ਕਿ ਖੂਨੀ ਝੜਪਾਂ ਹੋ ਰਹੀਆਂ। ਇਹੋ ਜਿਹਾ ਮਾਮਲਾ ਫਿਰੋਜ਼ਪੁਰ ਵੇਖਣ ਨੂੰ ਮਿਲਿਆ, ਜਿੱਥੇ ਪਿਤਾ ਦੀ ਮੌਤ ਤੋਂ ਬਾਅਦ ਪੋਤੇ ਨੇ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਜ਼ਮੀਨੀ ਵਿਵਾਦ ਕਰਕੇ ਖੂਨੀ ਰਿਸ਼ਤੇ ਆਪਸ 'ਚ ਦੁਸ਼ਮਣ ਬਣ ਗਏ। ਅੱਜ ਦੇ ਦੌਰ 'ਚ ਰਿਸ਼ਤਿਆਂ ਤੋਂ ਜ਼ਿਆਦਾ ਅਹਿਮੀਅਤ ਪੈਸੇ ਅਤੇ ਪ੍ਰੋਪਰਟੀਜ਼ ਨੂੰ ਦਿੱਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਕੀ ਨਾਮ ਤੇ ਕਿੰਨੀ ਦੇਰ ਹੋ ਗਈ ਮੈਰਿਜ ਹੋਈ, ਕਿੱਥੇ ਹੋ? ਮੇਰਾ ਨਾਮ ਕੰਚਨ ਰਾਣੀ ਹੈ। ਮੈਂ ਅੱਜ ਤੋਂ 18-20 ਸਾਲ ਪਹਿਲਾਂ ਮੇਰੀ ਸ਼ਾਦੀ ਪਿੰਡ ਪਾਨੇਵਾਲਾ ਦੇ ਵਿੱਚ ਰਾਜ ਸਿੰਘ ਦੇ ਨਾਲ ਹੋਈ ਸੀ। ਉਹਦੇ ਵਿੱਚ ਮੇਰੇ ਇੱਕ ਬੇਟਾ ਲਵਪ੍ਰੀਤ ਸਿੰਘ ਹੈ ਜੋ ਕਿ ਨਾਬਾਲਗ ਹੈ। ਉਹਨਾਂ ਦੇ ਜਿਹੜਾ ਲਵਪ੍ਰੀਤ ਸਿੰਘ ਦਾ ਪਿਤਾ ਜੀ ਸੀ ਰਾਜ ਸਿੰਘ, ਉਹ ਨਸ਼ੇ ਦਾ ਆਦੀ ਸੀ। ਕੁਛ ਦੇਰ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2018 ਦੇ ਵਿੱਚ। ਅਤੇ ਉਹਦੇ ਵਿੱਚ ਜਿਹੜਾ ਮੇਰਾ ਸਹੁਰਾ ਅਤੇ ਸੱਸ ਸੀਗੇ, ਉਹਨਾਂ ਨੇ ਪਹਿਲਾਂ ਮੇਰੇ ਬੇਟੇ ਨੂੰ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਅਤੇ ਮੇਰੇ ਬੇਟੇ ਨੂੰ ਆਪਦੇ ਕੋਲ ਰੱਖ ਲਿਆ। ਉਹ ਉਹਦੀ ਜਿਹੜੀ ਜ਼ਮੀਨ ਮੇਰੇ ਘਰ ਵਾਲੇ ਨੇ ਖਰੀਦੀ ਸੀ 13 ਪਨਾਲਾ 5 ਮਰਲੇ, ਉਹ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਤੇ ਸਾਜ਼ਿਸ਼ਾਂ ਰਚ ਰਹੇ ਨੇ ਅਤੇ ਕਬਜ਼ਾ ਕਰਨਾ ਚਾਹੁੰਦੇ ਨੇ। ਜਿਹੜੀ ਮੇਰੀ ਮਤਰੇਈ ਮੇਰੇ ਲਵਪ੍ਰੀਤ ਬੇਟੇ ਦੀ ਮਤਰੇਈ ਦਾਦੀ ਹੈ, ਉਹ ਵੀ ਉਸ ਜ਼ਮੀਨ 'ਤੇ ਆਪਦਾ ਹੱਕ ਜਤਾਉਣਾ ਚਾਹੁੰਦੀ ਹੈ, ਉਹਦੇ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਹਦਾ ਸਾਥ ਦੇ ਰਹੇ ਨੇ ਇੱਕ IPD ਦੇ ਜਿਹੜੇ ਕਿਸਾਨ ਸੰਯੁਕਤ ਏਕਤਾ ਵਾਲੇ, ਉਹ IPD ਵਾਲੇ, ਉਹ ਉਹਦਾ ਕੁਛ ਜਥੇਬੰਦੀਆਂ ਉਹਨਾਂ ਦਾ ਸਾਥ ਦੇ ਰਹੀਆਂ ਨੇ, ਕਿਉਂਕਿ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਥ ਦੇ ਰਹੀਆਂ ਨੇ। ਉਹਦੇ ਵਿੱਚ ਮੇਰਾ ਬੇਟਾ ਲਵਪ੍ਰੀਤ ਦੇ ਨਾਮ ਜਿਹੜੀ ਗੱਡੋਰੀ ਚੜ੍ਹ ਚੁੱਕੀ ਹੈ। ਉਹਨਾਂ ਨੇ ਇੱਕ ਕੇਸ ਕੋਰਟ ਦੇ ਵਿੱਚ ਲਾਇਆ ਸੀਗਾ। ਕੋਰਟ ਦਾ ਕੇਸ ਦਾ ਜਿਹੜਾ ਹੱਕ ਸੀ ਉਹ ਵੀ ਫੈਸਲਾ ਆਪਣੇ ਹੱਕ ਵਿੱਚ ਹੋ ਗਿਆ ਹੈ। ਅਦਾਲਤ ਨੇ ਮੁੰਡੇ ਦੇ ਹੱਕ ਵਿੱਚ, ਹਾਂਜੀ ਅਦਾਲਤ ਨੇ ਜਿਹੜਾ ਹੈਗਾ ਕਾਸ਼ਤਕਾਰ ਲਵਪ੍ਰੀਤ ਸਿੰਘ ਦੇ ਨਾਮ ਕਰ ਦਿੱਤਾ ਹੈ ਤੇ ਜਿਹੜੀ ਗਰਦੋਰੀ ਉਹ ਵੀ ਆਪਣੇ ਨਾਮ ਚੜ੍ਹ ਚੁੱਕੀ ਹੈ। ਤੇ ਉਹਨਾਂ ਨੇ ਸਟੇਅ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਹ ਸਟੇਅ ਵੀ ਜਿਹੜਾ ਜੱਜ ਸਾਹਿਬ ਨੇ ਆਪਣੇ ਹੱਕ ਵਿੱਚ ਕਰ ਦਿੱਤਾ ਹੈ। ਤੇ ਉਹਦੇ ਵਿੱਚ ਕੀ ਹੈ, ਮੇਰੇ ਜਿਹੜੀ ਸਾਡੀ ਅਸੀਂ ਫਸਲਾਂ ਬੀਜੀਆਂ ਸੀ 2022 ਦੇ ਵਿੱਚ ਵੀ ਸਾਡੀ ਪੱਕੀ ਪਕਾਈ ਕਣਕ ਵੱਢ ਕੇ ਲੈ ਗਏ ਸੀ। ਵੱਢ ਕੇ ਉਹ ਲੈ ਜਾਂਦੇ? ਹਾਂਜੀ ਬੀਜਦੇ ਤੁਸੀਂ? ਹਾਂਜੀ ਬੀਜਦੇ ਅਸੀਂ ਸੀ। 23 ਦੇ ਵਿੱਚ ਵੀ ਅਸੀਂ ਜਿਹੜੀ ਕਣਕ ਬੀਜੀ ਸੀ ਉਹ ਵੀ ਮੇਰੇ ਸਹੁਰਾ ਪਰਿਵਾਰ ਵੱਢ ਕੇ ਲੈ ਗਏ ਸੀਗੇ ਰਾਤ ਪਰਾਤੇ ਆ ਕੇ। ਤੇ ਅਸੀਂ ਪੁਲਿਸ ਨੂੰ ਬੜੀਆਂ ਦਰਖਾਸਤਾਂ ਕੰਪਲੇਂਟਾਂ ਕੀਤੀਆਂ, ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਤੇ ਮੇਰੇ ਬੇਟੇ ਨੂੰ ਜਦੋਂ ਵੀ ਉਹ ਜ਼ਮੀਨ ਦੇ ਵਿੱਚ ਜਾਂਦਾ ਹੈ ਇਹਦੇ ਨਾਲ ਤੱਕਾਸ਼ਾਹੀ ਹੁੰਦੀ ਹੈ, ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਤੇ ਸੱਟਾਂ ਵੀ ਮਾਰੀਆਂ ਨੇ। ਤੇ ਉਹਦੇ ਵਿੱਚ ਵੀ ਇਹਦੇ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਸੀ, ਉਹਦੇ ਤੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਤੇ ਇਹਦੇ ਵਿੱਚ ਜਿਹੜੇ IPD ਵਾਲੇ ਜਿਹੜੇ ਕਿਸਾਨ ਨੇ ਆਗੂ ਗੋਮਾ ਸਿੰਘ, ਉਹਦੇ ਕਹਿਣੇ ਤੇ ਸਾਰਾ ਕੰਮ ਹੋ ਰਿਹਾ ਹੈ। ਤੇ ਪਲੀਜ਼ ਮੇਰੇ ਬੇਟੇ ਨੂੰ ਹੱਕ ਦਵਾਇਆ ਜਾਵੇ। ਉਹਦੀ ਜ਼ਮੀਨ ਜਿਹੜੀ ਹੈ ਉਹਦੇ ਪਿਤਾ ਦੀ ਖਰੀਦ ਕੀਤੀ ਹੋਈ ਸੀ, ਉਹ ਜ਼ਮੀਨ ਜਿਹੜੀ ਹੈ ਮੇਰੇ ਬੇਟੇ ਦਾ ਜਿਹੜਾ ਉਹ ਮਤਰੇਈ ਦਾਦੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਜਿਹੜੀ ਉਹਨੂੰ ਕੁੱਟਮਾਰ ਕੀਤੀ ਗਈ ਹੈ ਉਹਦੇ ਤੇ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਚ ਰਹੇ ਨੇ? ਝੂਠੀ ਸਾਜ਼ਿਸ਼? ਉਹ ਝੂਠੀ ਸਾਜ਼ਿਸ਼ ਰਚ ਰਹੇ ਨੇ ਕਿ ਮੇਰੇ ਬੇਟੇ ਦੀ ਜ਼ਮੀਨ ਹੜਪਣਾ ਚਾਹੁੰਦੇ ਨੇ, ਹਾਂਜੀ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਲਵਪ੍ਰੀਤ ਸਿੰਘ ਦੇ ਹੈਗੀ ਹੈ, ਉੱਥੇ ਇਨਕੁਆਰੀ ਕੀਤੀ ਗਈ ਹੈ, ਪੁਲਿਸ ਨੇ ਇਨਕੁਆਰੀ ਕੀਤੀ ਹੈ। ਹਾਂਜੀ ਕੋਈ ਕਾਰਵਾਈ ਨਹੀਂ? ਅਸੀਂ ਸਰਕਾਰ ਨੂੰ ਇਹੀ ਮੰਗ ਕਰਨੇ ਆ ਕਿ ਮੇਰੇ ਬੇਟੇ ਨੂੰ ਉਹਦਾ ਹੱਕ ਦਵਾਇਆ ਜਾਵੇ, ਉਹਦੀ ਘਰ ਦੀ ਜਗ੍ਹਾ ਤੇ ਉਹਦੀ ਜ਼ਮੀਨ ਜਿਹੜੀ ਉਹਨੂੰ ਦਵਾਈ ਜਾਵੇ। ਠੀਕ। ਕੀ ਨਾਮ ਜਿਹੜਾ ਤੁਸੀਂ ਇੱਥੇ ਬੈਠੇ ਧਰਨਾ ਲਾ ਕੇ ਟੈਲੀ ਕੀ ਬਣਿਆ? ਮੈਂ ਗੋਮਾ ਸਿੰਘ, IPD ਕਿਸਾਨ ਬਚਾਓ ਮੋਰਚਾ, ਜਨਰਲ ਸਕੱਤਰ ਪੰਜਾਬ। ਇਹ ਜੀ ਜ਼ਮੀਨ ਹੈ
ਸ਼ੇਰ ਸਿੰਘ ਡਾਕਟਰ ਭਾਨੇ ਵਾਲੇ ਤੋਂ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਦਾ ਪਰਿਵਾਰ ਪਿੱਛੇ ਹੈ ਜਿਹੜਾ ਇਹ ਖੇਤੀ ਦੀ ਸਾਂਭ ਸੰਭਾਲ ਕਰਦਾ ਹੈ। ਤਾਂ ਜਿਹੜਾ ਇਹਨਾਂ ਦਾ ਮਤੇਆ ਪੋਤਰਾ ਹੈ ਉਹਨੂੰ ਕੰਚਨ ਰਾਣੀ ਮਤੇਈ ਨੂੰ ਕਿਸੇ ਹੋਰ ਦੇ ਘਰ ਬੈਠ ਕੇ ਵਾਰ ਵਾਰ ਇਸ ਬੱਚੇ ਨੂੰ ਭੇਜ ਕੇ ਇਹਨਾਂ 'ਤੇ ਇਲਜ਼ਾਮ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਵਾਰੀ ਕਣਕ ਨੂੰ ਵਾਹਿਆ ਗਿਆ, ਦੂਸਰੀ ਵਾਰੀ 13-2 ਨੂੰ ਸਪਰੇਅ ਕੀਤੀ ਗਈ, ਤੀਜੀ ਵਾਰੀ ਹੁਣ ਫਿਰ ਕੱਚੀ ਕਣਕ ਨੂੰ ਵੱਢਣ ਵਾਸਤੇ ਇਸ ਬੱਚੇ ਨੂੰ ਭੇਜ ਦਿੱਤਾ ਹੈ। ਔਰ ਇਹ ਜਦੋਂ ਗੁੰਡੇ ਲੈ ਕੇ ਆਉਂਦਾ ਹੈ ਅਤੇ ਜਦੋਂ ਸਾਡੇ ਵਰਗੇ, ਇਹ ਤਾਂ ਵਿਚਾਰੇ ਆਉਂਦੇ ਨੇ ਹੁਣ ਇੱਕੋ ਹੀ ਗੱਲ ਕਹਿੰਦੇ ਨੇ ਵੀ ਸਾਡੇ 'ਤੇ ਪਰਚੇ ਕਰਾਉਂਦੇ ਨੇ। 9 ਤੋਂ ਲੈ ਕੇ ਪਤਾ ਨਹੀਂ ਅਣਗਿਣਤ ਹੋ ਗਿਆ ਕਿ ਕਿੰਨੇ ਪਰਚੇ ਕਰਵਾਏ ਨੇ। ਇਸ ਕਰਕੇ ਪ੍ਰਸ਼ਾਸਨ ਨੂੰ ਬੜੀ ਵਾਰੀ DIG ਸਾਹਿਬ ਤੋਂ ਲੈ ਕੇ ਲਗਾਤਾਰ ਮੰਗ ਕਰਦੇ ਆ ਰਿਹਾ। ਹਾਲਾਂ 21 ਤਰੀਕ ਨੂੰ ਬਿਆਨਬਾਜ਼ੀ ਵੀ ਇਹਨਾਂ ਦੀ ਹੋਈ ਹੈ, ਪਰ ਹਾਲਾਂ ਤੱਕ ਪ੍ਰਸ਼ਾਸਨ ਨੇ ਇਹ ਕੋਈ ਇਹਦਾ ਐਕਸ਼ਨ ਨਹੀਂ ਲਿਆ। ਅਸੀਂ ਚਾਹੁੰਦੇ ਹਾਂ ਕਿ ਮੌਕੇ 'ਤੇ ਆਣ ਕੇ ਇਨਕੁਆਇਰੀ ਕਰਕੇ ਵੇਖ ਕੇ ਇਹਦਾ ਜੋ ਬਣਦਾ ਹੈ ਇਹਨਾਂ 'ਤੇ ਪਰਚੇ ਕਰਾਏ ਜਾਣ। ਜਿਹੜੇ ਨਜਾਇਜ਼ ਜਲ ਹੀ ਇਹਨਾਂ 'ਤੇ ਪਰਚੇ ਕਰਾਉਂਦੇ ਨੇ ਉਹਨੂੰ ਜਾਂਚ ਕਰਕੇ 82 ਦਾ ਜਿਹੜਾ ਬਣਦਾ ਉਹ ਕਰਕੇ ਅਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਉੱਥੇ ਸਾਡੇ ਨਾਲ ਧੱਕੇ ਨਾਲ ਕਿਸਾਨ ਆਉਂਦੇ ਨੇ, ਕਦੇ ਵਾਹ ਜਾਂਦੇ ਨੇ, ਕਦੇ ਕਣਕ ਪੱਟ ਜਾਂਦੇ ਨੇ, ਤੇ ਅਸੀਂ ਬੜੀ ਮਜਬੂਰੀ ਨਾਲ ਬੀਜੀ ਆਈ ਉਦੋਂ ਵਾਹ ਵੂਹ ਤੇ ਕੇਸ ਵੀ ਚੱਲਦੇ ਪਏ ਨੇ। ਸਾਡਾ ਕੋਈ ਫੈਸਲਾ ਨਹੀਂ ਹੋਇਆ। ਉਹ ਤਿਆਰ ਕੀਤੇ ਨੇ, ਜਾਲੀ ਤਿਆਰ ਕੀਤੀ ਫਿਰਦੇ ਨੇ, ਤੇ ਮੇਰੀ ਦਵਾਈ ਚੱਲਦੀ ਪਈ ਹੈ, ਮੈਂ ਆਪ ਪਰੇਸ਼ਾਨ ਰਹਿੰਦੀ ਹਾਂ ਇਸੇ ਟੈਨਸ਼ਨ ਤੇ। ਜ਼ਮੀਨ ਮਿਲੇਗੀ ਜਾਂ ਨਹੀਂ ਮਿਲੇਗੀ? ਆਹੋ, ਤੇ ਮੈਨੂੰ ਬੜਾ ਦੁਖੀ ਕੀਤੀ ਖੜੇ ਨੇ। ਕਿੰਨੇ ਬੱਚੇ ਨੇ? ਮੇਰੇ 4 ਬੱਚੇ ਨੇ। ਕੁੜੀਆਂ ਨੇ? ਹਾਂ ਕੁੜੀਆਂ ਨੇ, 2 ਕੁੜੀਆਂ ਨੇ ਤੇ ਇੱਕ ਮੁੰਡਾ ਏ। ਇੱਕ ਕੁੜੀ ਵਿਆਹ ਦਿੱਤੀ। ਕੋਈ ਕਾਰਵਾਈ ਕੋਈ ਨੀ ਸੁਣਦੇ ਸਾਡੀ, ਆ ਤੇ ਸਾਨੂੰ ਕੁੱਟ ਮਾਰ ਉੱਥੇ ਬਾਹਰ ਖੇਤ ਕਰ ਜਾਂਦੇ ਨੇ। ਮੇਰੇ ਪਤੀ ਦੇ ਨਾਂ ਉਹ ਕਾਗਜ਼ ਜਿਹੜੇ ਉਹਨਾਂ ਨੇ ਤਿਆਰ, ਉਹਨਾਂ ਨਕਲੀ ਕੀਤੀ ਫਿਰਦੇ ਨੇ, ਸਾਰੇ ਨਕਲੀ ਹੈਗੇ ਨੇ। ਸਾਰੀਆਂ ਵੀਡੀਓ ਵੀ ਹੈਗੀਆਂ ਨੇ, ਸਾਰਾ ਕੁਛ ਹੈਗਾ। ਹਾਂ ਪਹਿਲਾਂ ਵੀ ਕੋਈ ਕਾਰਵਾਈ ਨੀ ਹੁੰਦੀ ਪਈ। ਕੀ ਨਾਮ? ਮੇਰਾ ਨਾਮ ਪ੍ਰਵੀਨ ਹੈਗਾ। ਮੇਰੇ ਡੈਡੀ ਜੀ ਦੀ ਡੈਥ ਹੋ ਗਈ ਹੈ, ਉਹਨਾਂ ਦਾ ਨਾਮ ਸ਼ੇਰ ਸਿੰਘ ਹੈਗਾ ਸੀ। ਸਾਡੇ ਜ਼ਮੀਨ ਦਾ ਰੌਲਾ ਹੈਗਾ ਹੈ, ਸਾਡੀ ਜ਼ਮੀਨ ਹੈਗੀ ਹੈ, ਪਰ ਉਹ ਲਵਪ੍ਰੀਤ ਹੈਗਾ, ਉਹ ਸਾਨੂੰ ਪਰੇਸ਼ਾਨ ਕਰਦਾ। ਕਿਸਾਨ ਲਿਆ ਕੇ ਕਿਸਾਨ ਯੂਨੀਅਨ ਵਾਲੇ ਬੰਦੇ ਪੋਜੋ ਕਿਆਲਾ ਹੈਗਾ, ਗੁਰਮੀਤ ਸਿੰਘ ਤੇ ਚੰਨਾ ਸਿੰਘ। ਇਸ ਉੱਥੇ ਪਹਿਲਾਂ ਸਾਡੀ ਜ਼ਮੀਨ ਵਾਹ ਗਏ ਸੀ, ਤੇ ਬਾਅਦ ਵਿੱਚ ਜਿਹੜੀ ਮਾੜੀ ਮੋਟੀ ਹੋਈ ਹੈ ਤੇ ਉਹਦੇ ਵਿੱਚ ਸਪਰੇਅ ਕਰ ਗਿਆ ਸੀ, ਤੇ ਲਵਪ੍ਰੀਤ ਕਰ ਗਿਆ ਸੀ। ਤੇ ਆ ਹੁਣ ਥੋੜੀ ਜਿਹੀ ਜਿਹੜੀ ਮਾੜੀ ਮੋਟੀ ਹੋਈ ਵਿਰਲੀ ਜੀ, ਉਹਦੇ ਵਿੱਚ ਉਹ ਪੱਟ ਪੁੱਟ ਕੇ ਸੱਟੀ ਆਉਂਦੇ ਨੇ, ਤੇ ਅਸੀਂ ਅਦਾਲਤ ਵਿੱਚ ਕੇਸ ਲਾਏ ਹੋਏ ਨੇ,
ਪਰ ਸਾਡੀ ਕੋਈ ਇੱਥੇ ਕਾਰਵਾਈ ਨਹੀਂ ਹੋਈ। ਹਾਂਜੀ, ਕਾਰਵਾਈ ਨਹੀਂ ਹੋਈ। ਕੇਸ ਵੀ ਲਾਵੀ ਦਾ ਤੇ ਵਿਨੋਦ ਕੁਮਾਰ ਹੈਗਾ ਏ, ਉਹ ਵੀ ਨਹੀਂ ਬਈ ਟਾਈਮ ਤੇ ਆਂਦੇ, ਪੁਲਿਸ ਪ੍ਰਸ਼ਾਸਨ ਨਹੀਂ ਸੁਣਵਾਈ ਕਰਦੇ। ਕਿੰਨੀ ਦੇਰ ਹੋ ਗਈ ਅਦਾਲਤ ਚ ਕੇਸ ਲੱਗਣ ਨੂੰ? ਹਾਂਜੀ, ਬਾਬਾ ਤੇ ਰੋਗੀ ਅੱਜ ਕੋਈ ਅਦਾਲਤ ਦਾ ਫੈਸਲਾ ਨਹੀਂ ਆਇਆ। ਅਦਾਲਤ ਦਾ ਫੈਸਲਾ ਕਬਜ਼ਾ ਕਿਵੇਂ ਕੀਤਾ ਜਾ ਰਿਹਾ? ਕਾਗਜ਼ ਪੱਤਰ, ਕਾਗਜ਼ ਉਹ ਨਕਲੀ ਡਾਕੂਮੈਂਟ ਬਣਵਾਏ ਫਿਰਦੇ ਨੇ। ਜ਼ਮੀਨ ਤਾਂ ਮੇਰੇ ਡੈਡੀ ਦੇ ਨਾਂ ਤੇ ਹੈਗੀ ਏ, ਉਹ ਸਾਰੀ ਜਗ੍ਹਾ ਤੇ ਜਾਲੀ ਡਾਕੂਮੈਂਟ ਬਣਾ ਕੇ ਤੇ ਕਹਿੰਦੇ ਨੇ ਬਈ ਸਾਡੀ ਹੈਗੀ ਏ। ਪਹਿਲਾਂ ਵੀ ਕਬਜ਼ਾ ਕੀਤਾ ਗਿਆ? ਹਾਂਜੀ, ਪਹਿਲਾਂ ਵੀ। ਕੀ ਹੈਗਾ ਪ੍ਰੂਫ ਤੁਹਾਡੇ ਕੋਲ? ਸਾਡੇ ਕੋਲ ਪ੍ਰੂਫ ਹੈਗੇ ਸੀ, ਹਾਂ ਵੀਡੀਓ ਹੈਗੀਆਂ ਸੀ, ਵੀਡੀਓ ਅਸੀਂ ਪਹਿਲਾਂ ਬਣਵਾਈਆਂ ਸੀ ਤੇ ਉਹਦੇ। ਹਾਂਜੀ, ਕਿੰਨੇ ਕੁ ਲੋਕ ਆਏ ਸੀ? 50 ਕੁ ਹੈਗੇ ਸੀ, 50 ਤੋਂ ਜ਼ਿਆਦਾ ਹੈਗੇ ਸੀ। ਨਹੀਂ ਕਾਰਵਾਈ ਹੋਈ। ਹੁਣ ਕੀ ਮੰਗਦੇ ਤੁਸੀਂ? ਉੱਥੇ ਉਹ ਆ ਕੇ ਮਾਰ ਕੁੱਟ ਵੀ ਕਰਦੇ ਸੀ, ਹੁਣ ਵੀ ਆਏ ਨੇ, ਵਾਧੂ ਧੱਕਾਸ਼ਾਹੀ ਕਰਦੇ ਸੀ। ਕਾਰਵਾਈ ਹੋਣੀ ਚਾਹੀਦੀ ਹੁਣ। ਹਾਂ, ਕਾਰਵਾਈ ਹੋਣੀ ਚਾਹੀਦੀ। ਕੀ ਨਾਮ ਤੇਰਾ? ਲਵਪ੍ਰੀਤ ਸਿੰਘ। ਲਵਪ੍ਰੀਤ, ਜਿਹੜਾ ਤੁਹਾਡੇ ਤੇ ਧੱਕਾ ਕੀਤਾ ਜਾ ਰਿਹਾ, ਕੀ ਕਾਰਨ ਹੈ? ਸਰ, ਜੋ ਮੇਰੇ ਡੈਡੀ ਨੂੰ ਪ੍ਰਾਪਰਟੀ ਮਿਲੀ ਸੀਗੀ, ਉਹ ਮੇਰੇ ਡੈਡੀ ਨੇ ਪ੍ਰਾਪਰਟੀ ਵੇਚ ਕੇ ਤੇ 13 ਕਰਨ ਵਾਲਾ 10 ਮਰਲੇ ਤੇ ਇੰਡੀਆ ਵਾਲਾ ਵਿਖੇ ਲਈ ਸੀਗੀ, ਤੇ ਜੋ ਕਿ ਮੇਰੇ ਦਾਦੀ ਜੀ ਮਤਰੇਈ ਉਹ ਹੜਪਣਾ ਚਾਹੁੰਦੇ ਆ। ਤੇ ਕੀ ਹੱਕ ਜਤਾਉਂਦੇ ਨੇ ਉਹਦੇ ਤੇ? ਇਹ ਹੱਕ ਜਤਾਉਂਦੇ ਆ ਕਿਉਂਕਿ ਸਾਡੀ, ਹਾਂਜੀ ਕੀ ਕਹਿੰਦੇ, ਸਾਡੀ ਹੈ। ਹਾਂ, ਇਹ ਵੀ ਕਹਿੰਦੇ ਸਾਡੀ ਹੈ ਜ਼ਮੀਨ, ਕਬਜ਼ਾ ਕਰਨਾ ਚਾਹੁੰਦੇ ਆ। ਤੇ ਹੁਣ ਤੁਹਾਨੂੰ ਕਿਸ ਤਰ੍ਹਾਂ ਦੀ ਉੱਥੇ ਸਮੱਸਿਆ ਆਉਂਦੀਆਂ ਨੇ? ਕੀ ਹੁੰਦਾ ਤੇਰੇ ਨਾਲ ਧੱਕਾਸ਼ਾਹੀ? ਜਦੋਂ ਮੈਂ ਉੱਥੇ ਜਾਣਾ, ਕੋਈ ਵੀ ਫਸਲ ਬੀਜਦਾ ਉਹ ਵੱਢ ਕੇ ਲੈ ਜਾਂਦੇ ਆ ਤੇ ਕੁੱਟਮਾਰ ਕਰਦੇ ਆ। ਤੇ ਅੱਗੇ ਵੀ ਉਹਨੇ ਥੋੜੀ ਕੁੱਟਮਾਰ ਕੀਤੀ ਸੀ ਉਹਨਾਂ ਨੇ ਪਹਿਲਾਂ। ਹਾਂਜੀ, ਹੱਥ ਆ ਵੇਖੋ ਦਿੱਤਾ ਸੀ ਇਹਨਾਂ ਨੇ ਮੇਰਾ, ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਪੁਲਿਸ ਕੋਈ ਕਾਰਵਾਈ ਨਹੀਂ ਕਰਨੀ? ਹੁਣ ਕੀ ਮੰਗ, ਕਾਰਵਾਈ ਹੋਣੀ ਚਾਹੀਦੀ। ਮੇਰੀ ਇਹੀ ਮੰਗ ਹੈ ਵੀ ਕਾਰਵਾਈ ਹੋਣੀ ਚਾਹੀਦੀ। ਕੌਣ ਧੱਕਾ ਕਰਦੇ ਨੇ? ਧੱਕਾ ਮੇਰੀ ਮਤਰੇਈ ਦਾਦੀ। ਹੋਰ ਕੌਣ? ਕਿੰਨੇ ਘਰੇਈ ਜਥੇਬੰਦੀਆਂ? ਜਥੇਬੰਦੀਆਂ ਵੀ ਹੈਗੀਆਂ, ਤਿਸਾਨੀ ਵਾਲੇ, ਉਹ ਆਈਪੀਟੀ ਵਾਲੇ। ਹਾਂ, ਉਹ ਵੀ ਕਰਦੇ ਨੇ। ਹਾਂਜੀ, ਗੋਮਾ ਸਿੰਘ। ਹਾਂ ਹਾਂ, ਹੁਣ ਕੀ ਮੰਗ ਹੈ ਤੁਹਾਡੀ? ਇਨਸਾਫ ਮਿਲਣਾ ਚਾਹੀਦਾ। ਹਾਂਜੀ, ਮੇਰੀ ਇਹੀ ਮੰਗ ਕਿ ਇਨਸਾਫ ਮਿਲਣਾ ਚਾਹੀਦਾ। ਕੀ ਦਿੰਦੇ ਨੇ ਤੈਨੂੰ ਮਾਰ?